ਇੱਥੇ ਅਖਤਰ ਬਾਈ ਸਾਹਿਬ ਮਾਸ਼ਾਅੱਲਾ ਨੱਕਣਾ ਵਗੈਰਾ ਚੰਦੇ ਪੈਣ, ਮਾਸ਼ਾਅੱਲਾ ਬੜੀ ਮਿਹਨਤ ਕਰਦੇ ਪਏ ਅਖਤਰ ਬਾਈ, ਕਿਆ ਬਾਤ ਹੈ। ਵੱਡੀ ਸਾਹਿਬ ਖੈਰ ਕਿਆ ਕਰਨਾ ਚਾਹੀਦਾ ਸਾਈ ਬਾਈ ਜਾਨ ਕਾਸ਼ਤਕਾਰੀ? ਇਹ ਮਾਸ਼ਾਅੱਲਾ ਸਾਡੀ ਬੁਨਿਆਦ ਹੈ। ਅੱਛਾ, ਪਾਕਿਸਤਾਨ ਕਿਉਂਕਿ ਜ਼ਰੀ ਮੁਲਕ ਹੈ ਜੀ, ਔਰ ਅਸਾਂ ਸਮਝਦੇ ਹਾਂ ਕਿ ਅਸਲਾਮ ਅਲੈਕੁਮ ਰਹਿਮਤੁਲਾਹ ਵਬਰਕਾਤੁਹ। ਮੈਂ ਹਾਂ ਮੁਹੰਮਦ ਅਦਨਾਨ ਔਰ ਤੁਸੀਂ ਮੇਰਾ ਯੂਟਿਊਬ ਚੈਨਲ ਗੁਲਾਬ ਦੀ ਉਮੀਦ ਕਰਨਾ। ਅੱਲਾਹ ਦੇ ਕਰਮ ਨਾਲ, ਅੱਲਾਹ ਦੇ ਫਜ਼ਲ ਨਾਲ ਮੈਂ ਵੀ ਠੀਕ ਹਾਂ ਔਰ ਤੁਸੀਂ ਵੀ ਠੀਕ ਹੋ। ਤਾਂ ਸਭ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਸੋ, ਲਾਈਕ ਕਰੇ ਸੋ, ਕਰੇ ਨਵੀਂ ਵੀਡੀਓ ਸਟਾਰਟ। ਦੋਸਤੋ, ਅੱਜ ਦੀ ਵੀਡੀਓ ਬੜੀ ਮਜ਼ੇਦਾਰ ਔਰ ਬੜੇ ਦਿਲਚਸਪ ਦੇ ਟਾਈਮ ਦਿੰਦਾ ਪਿਆ। ਪੂਰੇ ਨਸਾ ਦੇ ਚਾਰ ਦਾ ਮੈਂ ਵੀਡੀਓ ਸਟਾਰਟ ਕੀਤੀ। ਮੈਂ ਅਲਹਮਦੁਲਿਲਾ ਘਰ ਪਹੁੰਚਿਆ ਮੁਲਤਾਨ ਨੂੰ ਔਰ ਮੈਡੀਸਨ ਵਗੈਰਾ ਅਸਾਂ ਗਿਣ ਕੇ ਤੇ ਅਲਹਮਦੁਲਿਲਾ ਅੱਲਾਹ ਦੇ ਹੁਕਮ ਨਾਲ ਬਿਲਕੁਲ ਖੈਰ ਖਰੀਅਤ ਨਾਲ ਅਸਾਂ ਘਰ ਪਹੁੰਚਿਆ ਸੀ। ਤਾਂ ਸਬ ਇੰਸਪੈਕਟਰ ਅਖਤਰ ਬੱਟੀ ਸਾਹਿਬ ਮੇਰੇ ਕਜ਼ਨ ਹਨ, ਉਹਨਾਂ ਕਿਹਾ ਦੌਰਾਨ ਬਈ ਨਾਲ ਚੱਲ ਤੇ ਆ ਵਜੋ ਨੱਖੂ ਤੇ ਮੇਰੇ ਕਜ਼ਨ ਦੀ ਕਣਕ ਹੈ ਅੱਧਾ ਵਿਘਾ, ਉਹ ਡੋਹਿੰਦਿਆਂ ਤੇ ਆ। ਮੈਂ ਅਖਤਰ ਬਈ ਕੋ ਆਖਿਆ, ਮੈਂ ਯਾਰ ਕਣਕ ਆ ਤੇ ਡੁਆ ਕੇ ਤੁਸੀਂ ਖੁਦ ਆਓ ਤੇ ਮਿਹਰਬਾਨੀ ਹੋ ਸੀ, ਕਿਉਂਕਿ ਸਭ ਐਕਸਪੈਕਟਰ ਅਖਤਰ ਬੱਟੀ ਸਾਹਿਬ ਆਉਂਦੇ ਪਏ, ਉੱਥੇ ਕਣਕ ਡੋਏ ਸਨ, ਉਹਨੇ ਕੋਲ ਇੰਟਰਵਿਊ ਕਰੇ ਸੂ, ਉਹਨਾਂ ਨਾਲ ਗੱਪਸ਼ਪ ਕਰੇ ਸੂ, ਔਰ ਉਹ ਕਣਕ ਵੀ ਡੋਏ ਸਨ ਜੇਕੋ ਉਰਦੂ ਚਾਹਤੇ ਹਾਂ ਗੰਦਮ ਔਰ ਸਰਾਇਕੇਟ ਨਾ ਕਣਕ ਤੇ ਡੋਏ ਸੀ ਉਹ ਅਖਤਰ ਬਈ ਸਾਹਿਬ। ਤਾਂ ਉਹਨੇ ਕੋਲ ਜੁਲਸੂ ਗੁਫਤਗੂ ਸੁਣ ਸੂ, ਔਰ ਉਹਨਾਂ ਦੀ ਹਾਲ ਦੇਖੋ, ਉਹਨਾਂ ਕਿਆ ਸੁਰਾ ਥਾ ਲੇਕਿਨ ਕਿਵੇਂ ਡੋਹਿੰਦੇ ਨੇ, ਕਿਆ ਇੰਟਰਵਿਊ ਉਹਨਾਂ ਦਾ। ਇਨਸ਼ਾਅੱਲਾ ਵੀਡੀਓ ਪੂਰੀ ਵਾਚ ਕਰਨੀ, ਵੀਡੀਓ ਸਕਿਪ ਨਹੀਂ ਕਰਨੀ। ਤਾਂ ਬੜਾ ਮਜ਼ਾ ਸੀ, ਇਨਸ਼ਾਅੱਲਾ ਸਭ ਨਾਰਾ ਸੋ, ਮੈਂ ਮਜ਼ੀਦ ਅਗਾਂ ਵਿੱਚ ਬੋਲ ਲਿਖੀ ਸਾਂ। ਇਨਸ਼ਾਅੱਲਾ ਮਿਹਰਬਾਨੀ। ਇੱਥੇ ਅਖਤਰ ਬਾਈ ਸਾਹਿਬ ਮਾਸ਼ਾਅੱਲਾ ਨੱਕਣਾ ਵਗੈਰਾ ਚੰਦੇ ਪੈਣ, ਮਾਸ਼ਾਅੱਲਾ ਬੜੀ ਮਿਹਨਤ ਕਰਦੇ ਪਏ ਅਖਤਰ ਬਾਈ, ਕਿਆ ਬਾਤ ਹੈ। ਵੱਡੀ ਸਾਹਿਬ ਖੈਰ ਕਿਆ ਕਰਨਾ ਚਾਹੀਦਾ ਸਾਈ ਬਾਈ ਜਾਨ ਕਾਸ਼ਤਕਾਰੀ? ਇਹ ਮਾਸ਼ਾਅੱਲਾ ਸਾਡੀ ਬੁਨਿਆਦ ਹੈ। ਅੱਛਾ, ਪਾਕਿਸਤਾਨ ਕਿਉਂਕਿ ਜ਼ਰੀ ਮੁਲਕ ਹੈ ਜੀ, ਔਰ ਅਸਾਂ ਸਮਝਦੇ ਹਾਂ ਕਿ ਸਭ ਤੋਂ ਵੱਡੀ ਗੱਲ ਇਹ ਕਿ ਹਰ ਬੰਦਾ ਇਹਨਾਂ ਵਿੱਚ ਕੰਟਰੀਬਿਊਟ ਕਰੇ, ਔਰ ਸਾਨੂੰ ਇਹ ਫਖਰ ਹੈ ਆਪਣੇ ਕਲਚਰ ਦੇ ਉੱਤੇ। ਸਾਡਾ ਪਾਕਿਸਤਾਨ ਇੱਕ ਐਗਰੀਕਲਚਰ ਕੰਟਰੀ ਹੈ ਜੀ, ਔਰ ਇਹਦੇ ਵਿੱਚ ਅਸਾਂ ਅਗਰ ਅੱਗਾਂ ਵਧਣਾ ਹੈ, ਹਰ ਮੁਲਕ ਦੀ ਸ਼ਨਾਖਤ ਹੁੰਦੀ ਹੈ ਬਿਲਕੁਲ, ਅਤੇ ਪਾਕਿਸਤਾਨ ਦੀ ਸ਼ਨਾਖਤ ਐਗਰੀਕਲਚਰ ਜ਼ਰਾਤ ਹੈ ਜੀ। ਇਹ ਅਸਾਂ ਚਾਹੁੰਦੇ ਹਾਂ ਵੀ ਜ਼ਰਾਤ ਦੇ ਅੰਦਰ ਹਰ ਬੰਦਾ ਕੰਟਰੀਬਿਊਟ ਕਰੇ, ਬਿਲਕੁਲ ਖਾਸ ਕਰ ਪੜ੍ਹੇ ਲਿਖੇ ਬੰਦੇ ਅਗਰ ਆ ਤੇ ਇਹ ਫੀਲਡ ਕੋ ਪਕੜੇ ਸਨ ਜੀ, ਤਾਂ ਪਾਕਿਸਤਾਨ ਨੂੰ ਅਰੂਜ ਚਵੇ ਸੀ। ਕਿਆ ਬਾਤ ਹੈ, ਮਾਸ਼ਾਅੱਲਾ ਅਖਤਰ ਬਈ ਕੰਮ ਕਰਨੇ ਪੈਣ ਇਹ ਖੇਤੀਬਾੜੀ ਦਾ, ਤਾਂ ਇਹਨਾਂ ਦਾ ਇੰਟਰਵਿਊ ਵੀ ਮੈਂ ਸੁਣਾਇਆ ਸੀ ਅਖਤਰ ਬਾਈ ਦਾ, ਔਰ ਮਾਸ਼ਾਅੱਲਾ ਕੰਮ ਕਰਨੇ ਪੈਣ ਇਹ ਪਹਿਲ ਦਫਾ ਜ਼ਿੰਦਗੀ ਮੇਰਾ ਖਿਆਲ ਹੈ, ਮਿਹਨਤ ਦੇ ਜਜ਼ਮਾ ਤੇ ਨਾ ਪਹਿਲ ਦਫਾ ਕੰਮ ਕਰਨੇ ਵੀ ਵੇ, ਬਿਲਕੁਲ ਬਿਲਕੁਲ। ਅੱਛਾ, ਮਿਹਨਤ ਦੇ ਜਜ਼ਮਾ ਤੇ ਔਰ ਅੱਲਾਹ ਪਾਕ ਪਰ ਮੇਰੇ ਵੀ ਮਿਹਨਤ ਕਰਨ ਵਾਲਾ ਮੇਰਾ ਦੋਸਤ ਹੈ। ਕਿਆ ਬਾਤ ਹੈ, ਬਿਲਕੁਲ ਜ਼ਬਰਦਸਤ ਜੀ। ਦੋਸਤੋ, ਮੈਂ ਦੁਕਾਨ ਤੇ ਪਹੁੰਚ ਚੁੱਕਾ, ਪਹਿਲੇ ਵੀ ਮੈਂ ਦੁਕਾਨ ਤੇ ਬੈਠਾ, ਤਾਂ ਮਤਲਬ ਮੈਂ ਦੁਕਾਨ ਤੋਂ ਵਾਪਸ ਗਿਆ ਖੂਹ ਤੇ ਨਿੱਖੋ ਤੇ ਕਣਕ ਨਾਲ ਡੋਟੀ ਤੇ ਅਖਤਰ ਬਈ ਆ ਗਏ ਮਾਸ਼ਾਅੱਲਾ, ਉਹਨਾਂ ਨੇ ਕਣਕ ਨਾਲ ਡੋਟੀ ਬੜਾ ਮਜ਼ਾ ਆ ਗਿਆ, ਕਿਉਂਕਿ ਸਹੀ ਆਖੇ ਨੇ, ਕਿਉਂਕਿ ਇਹ ਜਿਹੜੀ ਕਾਰੋਬਾਰ ਹੈ ਨਾ ਇੱਕ ਨਾ ਖੇਤੀਬਾੜੀ, ਮੈਂ ਤਾਲੀਮ ਹੋਵੇ ਜਾਂ ਨਾ ਹੋਵੇ, ਹਾਲਾਂਕਿ ਪ੍ਰੋਟੋਕੋਲ ਮਿਲਦੇ ਨੰਨ ਸਬ ਐਕਸਪੈਕਟਰ ਇਲੀਟ ਫੋਰਸ ਦੇ ਵਿੱਚ ਬੜਾ ਫੀਸ ਆ ਰਹੇ ਹੋ ਮਾਸ਼ਾਅੱਲਾ, ਅੱਲਾਹ ਪਾਕ ਉਹਨਾਂ ਮਜ਼ੀਦ ਨਾ ਤਰੱਕੀ ਦੇਵੇ। ਤਾਂ ਉਹ ਇਹ ਬੰਦਾ ਫਖਰ ਕਰੇ ਨਹੀਂ ਕੀਤੀ, ਨਾ ਮਗਰੂਰ ਕੀਤੀ ਮੈਂ ਵੱਡਾ ਅਫੀਸਰ ਹਾਂ ਜਾਂ ਮੈਂ ਹੀ ਆਵੇਂ, ਕੋਈ ਆਪਣੀ ਉਹ ਨਾ ਡੈਕ ਨਾ ਕਿ ਨਹੀਂ ਬਣਾਈ। ਤਾਂ ਮਾਸ਼ਾਅੱਲਾ ਅੱਛੀ ਗੁਫਤਗੂ ਕੀਤੀ, ਇਸ ਬੜਾ ਮਜ਼ਾ ਆ ਗਿਆ। ਤਾਂ ਹੁਣ ਵੀਡੀਓ ਅੱਛੀ ਲੱਗੀ, ਵੀਡੀਓ ਪੂਰੀ ਵਾਚ ਕਰੋ ਸਰ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਕਰੋ, ਐਂਡ ਪਾਕਿਸਤਾਨ ਜਦ ਤੱਕ ਲਈ ਅੱਲਾਹ ਮਿਹਰਬਾਨੀ, ਦੁਕਾਨ ਦਾ ਮੋਲ ਥੋੜ੍ਹਾ ਬਹੁਤਾ ਵੀ ਨਹੀਂ ਖਾਵੇ। ਇਹ ਪਾਪੜ ਵਗੈਰਾ ਵੀ ਆਇਆ ਥੋੜ੍ਹੇ ਬਹੁਤੇ ਪਾਪੜ, ਇਸ ਸਾਹਮਣੇ ਫਰਿੱਜ ਆਇਆ ਪਏ, ਕਿਉਂ ਬੋਤਲਾਂ ਵਾਸਤੇ, ਇਹਦੇ ਵਿੱਚ ਬੋਤਲਾਂ ਵੀ ਹਨ। ਮਾਸ਼ਾਅੱਲਾ ਬੜਾ ਅੱਛਾ ਕਾਰੋਬਾਰ ਹੋ ਜਾਂਦਾ ਪਿਆ ਮਾਸ਼ਾਅੱਲਾ, ਜ਼ਬਰਦਸਤ ਕੁਆਂਟਰ ਵਗੈਰਾ ਵੀ ਆ ਗਏ ਕੁਆਂਟਰ, ਮਿਹਰਬਾਨੀ।